ਕਿਹਾ ਬੋ ਸਰ ਇਧਰ ਇੱਕ ਮਿੰਟ ਚੱਕ ਜੀ ਆਏ ਗੱਲ ਨਾ ਹੁਣ ਠੀਕ ਹੈ ਸਰ ਇਧਰ ਇੱਕ ਮਿੰਟ ਥੋੜਾ ਲਾਲ ਹੋ ਜਾਏ ਮਾਮਾ ਵਿਆਹ ਦੇਖਦਾ ਹੁਣ ਉਹਨੂੰ ਹੋਈਆਂ ਦੇ ਕੇ ਕਰਮਾਂ ਆਦਮੀਆਂ ਨੂੰ ਖੜਜੋ ਖੜਜੋ ਇੱਕ ਮਿੰਟ ਖੜਜੋ ਉਹ ਰਾਜੂ ਨੇ ਦਿੱਤਾ ਸੀਗਾ ਰਾਜੂ ਕੀ ਫੜਿਆ ਦੇਣੀ ਜੀ ਆ ਪੀਂਦੇ ਪੂੰਦੇ ਸੀ ਗਿਆਰਾਂ ਸੌ ਰੁਪਏ ਮਿਲਦੇ ਕੀ ਰੇਟ ਲੱਗਾ ਪੰਦਰਾਂ ਸੌ ਮਿਲਦੀ ਫੜਿਆ ਉੱਪਰ ਗੱਲ ਹੈ ਸੁਣਦਾ ਤਾਂ ਚਿੱਟਾ ਹੋਇਆ ਕਿੰਨਾ ਜੀ ਥੋੜ੍ਹਾ ਪੀਣ ਨੂੰ ਲਿਆਦਾ ਅਤੇ ਪੀਂਦਾ ਸੀ ਮੈਂ ਆਪ ਕਿੱਥੋਂ ਲੈ ਕੇ ਦਿੱਲੀਓ ਲਿਆਦਾ ਗਿਆ ਅਤੇ ਪੀਣ ਲਈ ਲਿਆਓ ਜੀ ਅੱਗੇ ਨੂੰ ਲੈ ਜਾਓ ਵੈਸੇ ਕਿੱਥੋਂ ਦਾ ਰਹਿਣ ਵਾਲੇ ਤੁਸੀਂ ਕੀ ਫੜਿਆ ਗਿਆ ਹੁਣ ਤੁਹਾਡੇ ਕੋਲੋਂ ਕਿੰਨੀ ਬੋਰੀਆਂ ਸੀਗੀਆਂ ਹੈ ਕਿੱਥੋਂ ਲੈ ਕੇ ਆ ਰਹੇ ਸੀ ਅੱਗੇ ਫਿਰ ਇਹ ਕਿੱਥੇ ਦਿੰਦੇ ਸੀਗੇ ਕੀ ਭਾਅ ਲੈ ਕੇ ਆਉਂਦੇ ਉੱਥੋਂ ਕਿੰਨੀ ਕੁ ਦੇਰ ਤੋਂ ਲੱਗੇ ਹੋ ਇਸ ਕੰਮ 'ਚ ਮੰਨ ਲਿਆ ਤੂੰ ਪਹਿਲਾਂ ਵੀ ਤੁਸੀਂ ਕਈ ਗੇੜੇ ਲਾ ਚੁੱਕੇ ਹੋ ਨਾ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਚੱਲ ਰਹੀ ਹੈ ਉਹਨੂੰ ਗਾਹ ਵਧਾਉਂਦਿਆਂ ਹੋਇਆ ਵੱਡੀਆਂ ਰਿਕਵਰੀਆਂ ਕੀਤੀਆਂ ਸੀ ਆਈ ਏ ਇੰਚਾਰਜ ਅਤੇ ਡੀ ਐੱਸ ਪੀ ਡੀ ਰਣਜੀਤ ਸਿੰਘ ਅਤੇ ਇੰਸਪੈਕਟਰ ਬਲਜਿੰਦਰ ਸਿੰਘ ਉਹਨਾਂ ਨੇ ਕੈਂਪ ਲਾਇਆ ਹੋਇਆ ਸੀ ਜਿਸ ਦੇ ਸੰਬੰਧ ਦੇ ਵਿੱਚ ਇੱਕ ਟਰੱਕ ਨੂੰ ਰੋਕਿਆ ਗਿਆ ਕੈਂਟਰ ਨੂੰ ਕੈਂਟਰ ਦੀ ਜਦੋਂ ਤਲਾਸ਼ੀ ਲਈ ਗਈ ਅਤੇ ਉਸ ਦੇ ਉੱਤੇ ਛੋਲਿਆਂ ਦੀ ਬੂਰ ਜਿਹੀ ਹੁੰਦੀ ਹੈ ਉਹ ਲੱਦੀ ਹੋਈ ਸੀ ਅਤੇ ਥੱਲਿਓਂ 11 ਬੋਰੀਆਂ ਡੋਡੇ ਪੋਪ ਚੂਰਾ ਪੋਸਟ ਨੂੰ ਆਪਾਂ ਕਹਿੰਦੇ ਉਹ ਰਿਕਵਰੀ ਜੋ ਕਿ ਅਰਾਊਂਡ 4 ਕੁਇੰਟਲ 40 ਕਿਲੋ ਕਾਫੀ ਵੱਡੀ ਰਿਕਵਰੀ ਹੈ ਅਤੇ ਇਹ ਸਾਰਾ ਸਮਾਨ ਜਿਹੜਾ ਇਹ ਦੂਸਰੀ ਸਟੇਟ ਤੋਂ ਲਿਆ ਕੇ ਇੱਥੇ ਵੱਖਰੀ ਵੱਖਰੀ ਜਗ੍ਹਾ 'ਤੇ ਵੇਚਣਾ ਸੀਗਾ ਇਸ ਦੇ ਨਾਲ ਹੀ 2 ਹੋਰ ਪਰਚੇ ਵੀ ਦਿੱਤੇ ਗਏ ਇੱਕ ਕੇਸ ਰਜਿਸਟਰ ਕੀਤਾ ਗਿਆ ਦੁਰਾਹੇ ਦੇ ਵਿੱਚ ਅਤੇ ਇੱਕ ਪ੍ਰਿਸਟੀਨ ਮਾਲ ਖੰਨੇ ਦੇ ਸਾਹਮਣੇ ਅਤੇ ਤਕਰੀਬਨ 200 ਗ੍ਰਾਮ ਹੈਰੋਇਨ ਫੜੀ ਗਈ ਹੈ ਅਤੇ ਉਸ 'ਤੇ ਵੀ ਜਿਹੜੀ ਸਪਲਾਈ ਲਾਈਨ ਹੈ ਉੱਥੋਂ ਤੱਕ ਪਹੁੰਚਿਆ ਜਾ ਰਿਹਾ ਕਿੰਨੇ ਬੰਦੇ ਅਰੈਸਟ ਹੋਏ ਇਹਦੇ ਵਿੱਚ 2 ਬੰਦੇ ਤਾਂ ਅਰੈਸਟ ਹੋਏ ਨੇ ਪੋਪੀ ਹਸਕ ਦੇ ਕੇਸ ਦੇ ਵਿੱਚ ਅਤੇ 2 ਹੀ ਦੂਸਰੇ 2 ਕੇਸ ਪਹਿਲਾਂ ਵੀ ਕੋਈ ਮੁਕੱਦਮਾ ਚੱਲਦਾ ਜੀ ਇਹਨਾਂ ਦੀ ਹੁਣ ਪੁੱਛਗਿੱਛ ਚੱਲ ਰਹੀ ਹੈ ਅਤੇ ਇਹਨਾਂ ਦੇ ਖਿਲਾਫ ਜੇ ਕੋਈ ਪਰਚੇ ਦਰਜ ਹੋਏ ਤੁਹਾਡੇ ਨਾਲ ਛੇਤੀ ਹੀ ਸ਼ੇਅਰ ਕੀਤੇ ਇਹ ਬਾਹਰਲੀ ਸਟੇਟ ਤੋਂ ਐਮ ਪੀ ਤੋਂ ਲੈ ਕੇ ਆਏ ਨੇ ਐਂਡ ਹੈਰਨ ਜਿਹੜੀ ਹੈ ਦਿੱਲੀ ਵਾਲੇ ਪਾਸਿਓਂ ਆਈ ਹੈ ਐਂਡ ਵੱਖਰੀਆਂ ਵੱਖਰੀਆਂ ਸ਼ਹਿਰਾਂ 'ਚ ਇਹਨਾਂ ਨੂੰ ਜਾ ਕੇ ਨਾ ਸਪਲਾਈ ਕਰਨਾ ਟੋਟਲ ਰਿਕਵਰੀ ਹੈ ਕੀ ਹੈ ਇਹ 4 ਕੁਇੰਟਲ 40 ਕਿਲੋ ਪੋਪੀ ਹਸਕ ਜਿਹਨੂੰ ਅਸੀਂ ਚੂਰਾ ਪੋਸਟ ਵੀ ਕਹਿ ਦਿੱਤੇ ਅਤੇ 200 ਗ੍ਰਾਮ ਹੈਰਨ ਅਸੀਂ ਤਾਂ ਇਸ ਤੋਂ ਹਟ ਕੇ ਇੱਕ ਜਿਹੜਾ ਪੰਜਾਬ ਸਰਕਾਰ ਵੱਲੋਂ